होशियारपुर के वार्ड नंबर 44 से शिरोमणि अकाली दल के उम्मीदवार हरजीत सिंह मठारू ने अपना पार्टी कार्यालय खोला। गुरु ग्रंथ साहिब जी के चरणों में अरदास करते हुए शिरोमणि अकाली दल बादल के जिला शहरी प्रधान जतेंद्र सिंह लाली बाजवा, बाबा रणजीत सिंह जी तथा बीबी महेंद्र कौर जोश ने कार्यालय का उद्घाटन किया। इस मौके पर लाली बाजवा ने वार्डवासियों को अकाली दल की नीतियों से अवगत करवाते हुए वार्ड में करवाए जाने वाले कार्यों की जानकारी दी। वाहेगुरु जी का खालसा, वाहेगुरु जी की फतेह। अज असी 44 नंबर वार्ड तो अपने वीर सरदार हरजीत सिंह मठारू होना ने अपने निवास स्थान पर इस महल्ले च इस वार्ड की इलैक्शन की शुरुआत करन दे लई श्री गुरु ग्रंथ साहब तो आशीर्वाद लैन लई घर दे विच सुखमणी साहब का जिथे पाठ रख्या उत्थे इलाके दे इस वार्ड के सारे जिन्हें भी पतवंते सज्जण आ एडा वड्डा राश जिहड़ा ਉਹ ਉਹਨਾਂ ਦਾ ਸਾਰਿਆਂ ਨੂੰ ਸੱਦਿਆ ਅਤੇ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਵੀ ਨਾਲ ਆਈ ਆ ਕਿਉਂਕਿ ਆਪਾਂ ਨੂੰ ਇੱਕ ਇਮਾਨਦਾਰ ਇੱਕ ਵਧੀਆ ਜਿਹੜੀ ਨਗਰ ਨਿਗਮ ਹੈ ਉਹ ਸ਼੍ਰੋਮਣੀ ਅਕਾਲੀ ਦਲ ਉਹ ਵਾਅਦਾ ਕਰਦਾ ਹੈ ਸਾਰੇ ਪੂਰੇ ਹੁਸ਼ਿਆਰਪੁਰ ਨਿਵਾਸੀਆਂ ਨਾਲ ਅਤੇ ਹਰਜੀਤ ਸਿੰਘ ਮਠਾਰੂ ਵਰਗੇ ਪੜ੍ਹੇ ਲਿਖੇ ਬਹੁਤ ਅਗਾਂਹ ਵਧੂ ਸੋਚ ਵਾਲੇ ਨਵੀਂ ਜਿਹੜੀ ਮਾਡਰਨ ਸੋਚ ਆ ਉਹ ਵਾਲੇ ਨੌਜਵਾਨ ਆ ਅਤੇ ਇਹਨਾਂ ਦਾ ਸਦਾ ਇਹੀ ਰਿਹਾ ਮੈਂ ਜੋ ਪਿਛਲੇ 20-25 ਸਾਲ ਤੋਂ ਦੇਖਦਾ ਇਹਨਾਂ ਨੂੰ ਕਿ ਆਪਣੇ ਇਲਾਕੇ ਦੇ ਲਈ ਆਪਣੇ ਜੋ ਵੀ ਆਲਾ ਦੁਆਲਾ ਆ ਉਹਦੇ ਲਈ ਅਤੇ ਖਾਸ ਕਰ ਪੂਰੇ ਸ਼ਹਿਰ ਦੇ ਲਈ ਉਹਨੂੰ ਖੂਬਸੂਰਤ ਬਣਾਉਣ ਦੇ ਲਈ ਉਹਨੂੰ ਵਾਤਾਵਰਨ ਨੂੰ ਵਧੀਆ ਕਰਨ ਦੇ ਲਈ ਅਤੇ ਲੋਕਾਂ ਦੇ ਕੰਮ ਜਿਹੜੇ ਆ ਉਹ ਆਪ ਤਕਲੀਫ ਲੈ ਕੇ ਕਰਦੇ ਆ ਹਰੇਕ ਚੀਜ਼ ਇਹ ਜਿਹੜੀ ਜਾਣਦੇ ਆ ਅਤੇ ਉਹਦੇ ਵਿੱਚ ਜਿਹੜੇ ਲੋਕਾਂ ਦੇ ਬਹੁਤ ਦੁੱਖ ਤਕਲੀਫਾਂ ਖਾਸ ਕਰ ਗਰੀਬ ਤਬਕੇ ਨੂੰ ਹੁੰਦੀਆਂ ਦਫ਼ਤਰਾਂ 'ਚ ਜਾਣ ਦੀਆਂ ਉਹ ਜਦੋਂ ਤੁਸੀਂ ਇਹਨਾਂ ਨੂੰ ਆਪਣਾ ਉਮੀਦਵਾਰ ਬਣਾ ਕੇ ਇਹਨਾਂ ਨੂੰ ਜਿਤਾਉਂਗੇ ਅਤੇ ਉਹ ਜਿਹੜੀਆਂ ਦਫ਼ਤਰਾਂ 'ਚ ਖੱਜਲ ਖੁਆਰੀ ਹੁੰਦੀ ਆ ਉਹ ਇਹਨਾਂ ਦੇ ਇੱਥੋਂ ਆਪਣੇ ਆਪ ਹੀ ਆਪਣੇ ਘਰ ਤੋਂ ਹੀ ਉਹ ਜੋ ਜਿਹੜੀਆਂ ਮਾਡਰਨ ਸਹੂਲਤਾਂ ਉਹ ਦੇਣਗੇ ਅਤੇ ਅਸੀਂ ਸਾਰਿਆਂ ਨਾਲ ਵਾਅਦਾ ਵੀ ਕਰਦੇ ਹਾਂ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਤੁਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਇੱਥੋਂ ਦੇ ਵੋਟਰਸ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਐਡੀ ਵੱਡੀ ਗਿਣਤੀ 'ਚ ਆਏ ਆ ਅਤੇ ਅਸੀਂ ਆਖਰੇ ਟਾਈਮ ਤਾਂ ਹੀ ਇਹਨਾਂ ਦਾ ਸਾਥ ਚਾਹੁੰਦੇ ਹਾਂ ਕਿ ਇਹਨਾਂ ਨੂੰ ਮਠਾਰੂ ਸਾਹਿਬ ਨੂੰ ਜਿੱਤ ਜਿਹੜੀ ਦਿਵਾਉਣ ਅੱਜ ਦਾ ਇਕੱਠ ਇਹ ਬਿਲਕੁਲ ਸਾਹਮਣੇ ਆ ਕਿ ਇਹ ਜ਼ਰੂਰ ਵੱਡੀ ਜਿੱਤ ਪ੍ਰਾਪਤ ਕਰਨਗੇ ਅਤੇ ਜਿੱਦਣ ਥੋੜ੍ਹੇ ਦਿਨ ਪਹਿਲਾਂ ਮਜੀਠੀਆ ਸਾਹਿਬ ਆਏ ਸੀ ਉੱਦਣ ਸਾਰੇ ਸ਼ਹਿਰ ਦਾ ਜਿਹੜਾ ਨੌਜਵਾਨਾਂ ਦਾ ਮਾਤਾਵਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਐਡਾ ਵੱਡਾ ਜਿਹੜਾ ਇਕੱਠ ਹੋਇਆ ਸੀ ਉਹ ਇੱਕ ਸ਼ੁਭ ਸੰਕੇਤ ਆ ਕਿ ਜਿਹੜੀ ਅਗਲੀ ਨਗਰ ਨਿਗਮ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਆ ਉਹ ਵੱਡੀ ਗਿਣਤੀ ਵਿੱਚ ਉਹਦੇ ਵਿੱਚ ਜਿੱਤਣਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਦਸ ਟੈਲਰ ਨਿਊਜ਼ ਕੇ ਲਈ ਮੁਕਤਾ ਵਾਲੀਆ ਕੇ ਸਾਥ ਕੈਮਰਾਮੈਨ ਜਤਿੰਦਰ ਪ੍ਰਿੰਸ ਕੀ ਰਿਪੋਰਟ